ਲਹਿਰਾਗਾਗਾ ਦੇ ਵਾਰਡ ਨੰਬਰ 8 ਵਿੱਚ ਮੋਬਾਈਲ ਟਾਵਰ ਲਾਉਣ ਆਏ ਨਿੱਜੀ ਕੰਪਨੀ ਵਾਲਿਆਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਮੋਬਾਈਲ ਕੰਪਨੀ ਵਾਲੇ ਪਹਿਲਾਂ ਵੀ ਲੋਕਾਂ ਦੇ ਵਿਰੋਧ ਕਰਕੇ 3 ਵਾਰ ਵਾਪਸ ਮੁੜ ਚੁੱਕੇ ਹਨ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੀ ਸਪਸ਼ਟ ਹਦਾਇਤ ਹੈ ਕਿ ਆਬਾਦੀ ਵਿੱਚ ਕਿਸੇ ਤਰ੍ਹਾਂ ਦਾ ਟਾਵਰ ਨਹੀਂ ਲੱਗ ਸਕਦਾ। ਬਾਵਜੂਦ ਇਸ ਦੇ ਵੀ ਕੰਪਨੀਆਂ ਇਸ ਦੀ ਉਲੰਘਣਾ ਕਰਨ ਤੋਂ ਬਾਜ਼ ਨਹੀਂ ਆ ਰਹੀਆਂ। ਉਧਰ ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਟਾਵਰ ਲਾਉਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਜਾਰੀ ਹੋਈ NOC ਹੈ, ਜਿਸ ਦੇ ਚੱਲਦੇ ਹੀ ਉਹਨਾਂ ਵੱਲੋਂ ਇੱਥੇ ਟਾਵਰ ਲਗਾਇਆ ਜਾ ਰਿਹਾ ਹੈ। ਟਾਵਰ ਲਗਾਇਆ ਜਾ ਰਿਹਾ ਜੀ, ਜੋ ਕਿ ਮਹੱਲਾ ਵਾਸੀਆਂ ਦੀ ਮਨਜ਼ੂਰੀ ਨਹੀਂ ਹੈਗੀ ਜੀ। ਅਤੇ ਇਹ ਮਤਲਬ ਡੰਗਰਾਂ ਪਸ਼ੂਆਂ ਨੂੰ, ਗਰਭਵਤੀ ਔਰਤਾਂ ਨੂੰ ਕਹਿੰਦੇ ਨੇ ਵੀ ਮਤਲਬ ਹਾਨੀਕਾਰਕ ਹੈ ਜੀ। ਅਤੇ ਇਹ ਸਾਰੇ ਮਹੱਲੇ ਵਾਸੀ ਸਾਰੇ ਇਕੱਠੇ ਹੋਏ ਨੇ ਜੀ। ਅੱਜ ਇਹ ਚੌਥੀ ਵਾਰ ਟਾਵਰ ਹਟਾਇਆ ਗਿਆ ਜੀ। ਅੱਜ JCB ਵੀ ਅੰਦਰ ਵਾੜਤੀ ਸੀ, ਮਤਲਬ ਟੋਆ ਪੁੱਟਣ ਲਈ। ਸਾਰੇ ਮਹੱਲੇ ਨਿਵਾਸੀਆਂ ਨੇ ਇੱਕ ਇੱਕ ਹੋ ਕੇ ਮਤਲਬ ਇਹ JCB ਪੁੱਠੀ ਮੋੜੀ ਗਈ ਹੈ ਜੀ। ਅਤੇ ਇਹ ਸ਼੍ਰੀਨਾਥ ਹੈ ਜੀ, ਕੋਈ ਬਈਆ ਬਾਹਰੋਂ ਆਇਆ ਹੋਇਆ ਜੀ। ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਵੀ ਇਹ ਸਾਡੀ ਬੇਨਤੀ ਮੰਨੀ ਜਾਵੇ ਜੀ। ਨਹੀਂ ਆਉਣ ਦੇਣਾ ਟਾਵਰ, ਅਸੀਂ ਨਹੀਂ ਲੱਗਣ ਦੇਣਾ। ਵੀ ਪਹਿਲਾਂ ਵੀ ਆਏ ਸੀ ਵੀ ਅਸੀਂ ਨਹੀਂ ਲੱਗਣ ਦੇਣਾ ਇਹ ਟਾਵਰ, ਭਾਵੇਂ ਕੁਛ ਵੀ ਹੋ ਜਾਏ, ਸਾਰਾ ਮੁਹੱਲਾ ਅਸੀਂ ਇਕੱਠੇ। ਬਸ ਇਹੀ ਬੇਨਤੀ ਹੈ। ਅਸੀਂ ਇਸ ਗੱਲ 'ਤੇ ਸਹਿਮਤ ਨਹੀਂ ਹੈਗੇ, ਅਸੀਂ ਲੱਗਣ ਨਹੀਂ ਦੇਣਾ ਜੀ, ਕਿਸੇ ਉਸ 'ਤੇ ਵੀ ਨਹੀਂ ਲੱਗਣ ਦੇਣਾ ਜੀ। ਪਲਾਟ ਕਿਹਦਾ ਮਾਤਾ ਜੀ? ਪਲਾਟ ਪਤਾ ਬਾਹਰੋਂ ਆ ਜੀ ਕੋਈ ਭਈਆ। ਹਾਂਜੀ, ਸ਼੍ਰੀਨਾਥ ਹੈ ਕੋਈ ਭਈਆ, ਬਾਹਰੋਂ ਆ ਯੂਪੀ ਚੋਂ। ਠੀਕ ਹੈ, ਉਹਨੇ ਲੈਤਾ ਤਾਂ ਇਹਦੀ ਵੀ ਅਸੀਂ ਪਾਵਾਂਗੇ। ਹੁਣ ਬਾਅਦ 'ਚ ਟਾਵਰ ਦੇ ਉਹ ਕਰ ਰਿਹਾ, ਅਸੀਂ ਚੌਥਾ ਹਿੱਲ ਹੈ ਜੀ ਇਹ। ਚੌਥੀ ਵਾਰ ਅਸੀਂ ਬੰਦ ਕੀਤਾ ਹੈ। ਅੱਛਾ, ਪਹਿਲਾਂ 3 ਵਾਰ ਆ ਗਏ? ਹਾਂ, 3 ਵਾਰ ਪਹਿਲਾਂ ਆ ਗਏ, ਇਹ ਚੌਥੀ ਵਾਰ ਹੈ ਜੀ। ਅੱਜ ਤਾਂ ਮਸ਼ੀਨ ਲੈ ਕੇ ਵੀ ਆ ਗਏ, ਉੱਪਰ ਵੀ ਚੜਾ ਲਈ ਦੀ ਮਸ਼ੀਨ, ਅਸੀਂ ਮੂਹਰੇ ਪੈਣ ਨੂੰ ਤਿਆਰ ਸੀ ਜੀ। ਠੀਕ, ਅਸੀਂ ਲੱਗਣ ਨਹੀਂ, ਬਾਹਰ ਕੱਢਾ ਹੀ। ਲਹਿਰਾ ਗਾਗਾ ਤੋਂ ਅਨਿਲ ਜੈਨ, ਖਬਰ ਹਰਪਲ, ਇੰਡੀਆ ਲਈ।